फिरोजपुर छावनी के मेन चौक में कंबाइन ड्राइवर ने करीब 13 वर्षीय बच्चे को बुरी तरह कुचल दिया, जिससे बच्चे की मौके पर ही मौत हो गई। पुलिस ने कंबाइन को हिरासत में ले लिया है। और यहां आपको बता दें कि बच्चा ऑटो के पीछे बैठा हुआ था और पीछे से आ रही कंबाइन इसके ऊपर चढ़ गई और उसकी मौके पर ही मौत हो गई। वहीं पुलिस ने मामला दर्ज कर लिया और आगे की कार्रवाई शुरू कर दी है। ਆਪਣੇ ਛੋਟਿਆਂ ਦੀ ਪਿੱਛੇ ਉੱਤਰ ਗਿਆ ਸੀਗਾ, ਪਿੱਛੇ ਕੰਬਾਈਨ ਆਈ ਆ ਉਹਦੇ ਉੱਤੇ ਉਹਦੇ ਉੱਤੇ ਚੜ੍ਹ ਗਈ ਆ ਪੈਰ ਉਹਦਾ, ਅਤੇ ਉਹਦਾ ਸਿਰ ਖਿੱਚ ਗਿਆ ਅਤੇ ਮੌਕੇ 'ਤੇ ਮੌਤ ਹੋ ਗਈ ਆ। ਜਿਹਦੀ ਅਸੀਂ ਡੈੱਡ ਬੋਡੀ ਪੋਸਟਮਾਰਟਮ ਵਾਸਤੇ ਅਸੀਂ ਲਾਸਟ ਭੇਜ ਦਿੱਤੀ ਆ, ਪਰਚਾ ਦਰਜ ਕਰਕੇ ਕੰਮ ਕਰ ਰਹੇ। ਕਿੰਨੇ ਸਾਲਾਂ ਦੀ ਉਮਰ ਹੈਗੀ ਸੀ, ਕਿੱਥੋਂ ਦਾ ਰਹਿਣ ਵਾਲਾ ਸੀ? 14 ਸਾਲ ਉਮਰ ਹੈ, ਪਟੇਲ ਨਗਰ ਪਿੰਡ ਦਾ ਰਹਿਣ ਵਾਲਾ। ਚੀਫ ਪ੍ਰੋਡਕਟ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪਰਚਾ ਜਿਹੜੇ ਕਰ ਰਹੇ ਕੰਬਾਈਨ 'ਤੇ ਚਾਲਕ ਫੜ ਲਿਆ, ਕੰਬਾਈਨ ਫੜ ਲਈ ਆ ਚਾਲਕ ਜਿਹੜੇ ਬਾਹਰ ਆ।